ਆਪਣੀਆਂ ਦੋ ਭੈਣਾਂ ਅਤੇ ਭਤੀਜੀ ਤੇ ਗੋਲੀਆਂ ਚਲਾ ਕੇ ਸ਼ਖਸ ਕਮਰੇ ਦੇ ਅੰਦਰ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ, ਨਾਲ ਹੀ ਆਪਣੀ ਪਤਨੀ ਨੂੰ ਵੀ ਕਮਰੇ ਅੰਦਰ ਬੰਦ ਕਰ ਲੈਂਦਾ ਹੈ ਆਪਣੇ ਨਾਲ ਹੀ, ਤਾਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸ਼ੋਰ ਪੈ ਜਾਂਦਾ ਹੈ। ਦਰਅਸਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਦੇ ਕਿਨੌਰ ਇਲਾਕੇ ਦੀਆਂ। ਕਿਨੌਰ ਪਿੰਡ ਦੇ ਵਿੱਚ ਕਿੰਨੇ ਚਿਰ ਬਾਅਦ ਐਸੀ ਕੋਈ ਖਬਰ ਸਾਹਮਣੇ ਆਈ ਹੈ ਕਿ ਹਿਮਾਚਲ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਨੇ, ਕਿਸੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ, ਉਹ ਵੀ ਆਪਣੇ ਰਿਸ਼ਤੇਦਾਰਾਂ ਦੇ ਉੱਤੇ, ਯਾਨੀ ਕਿ ਆਪਣੀਆਂ ਸਕੀਆਂ ਭੈਣਾਂ ਅਤੇ ਭਤੀਜੀ ਉੱਤੇ ਇਸ ਸ਼ਖਸ ਨੇ, ਜੋ ਤਸਵੀਰਾਂ ਦੇ ਵਿੱਚ ਦਿਖ ਰਿਹਾ ਹੈ ਤੁਹਾਨੂੰ, ਇਸ ਨੇ ਗੋਲੀਆਂ ਚਲਾਈਆਂ ਨੇ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਅਤੇ ਉਹਨਾਂ ਦੋ ਭੈਣਾਂ ਦੀ ਜਿਹੜੀ ਮਾਂ ਸੀ ਅਤੇ ਰਿਸ਼ਤੇਦਾਰ ਸੀ, ਉਹ ਰੋ ਰੋ ਕੇ ਦੇਖੋ ਕਿਵੇਂ ਪੁਲਿਸ ਦੇ ਕੋਲੋਂ ਇਨਸਾਫ ਮੰਗ ਰਹੇ ਨੇ। ਹਾਲਾਂਕਿ ਪੁਲਿਸ ਕਾਫੀ ਦੇਰ ਬਾਅਦ ਆ ਕੇ ਦਰਵਾਜ਼ਾ ਖੁਲਵਾ ਲੈਂਦੀ ਹੈ ਅਤੇ ਇਸ ਸ਼ਖਸ ਨੂੰ ਪਤਨੀ ਸਮੇਤ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ। ਪਰ ਕਿਨੌਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਗੋਲੀਆਂ ਚੱਲੀਆਂ ਨੇ, ਤਾਂ ਦੱਸ ਦਈਏ ਕਿ ਬੰਬੇ ਬਾਬੂ ਇਸ ਸ਼ਖਸ ਦਾ ਨਾਮ ਦੱਸਿਆ ਜਾ ਰਿਹਾ, ਜਿਸਨੇ ਆਪਣੀਆਂ ਦੋ ਭੈਣਾਂ ਅਤੇ ਭਤੀਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਕਿਨੌਰ ਦਾ ਪੂਰਬਨੀ ਪਿੰਡ ਜਿੱਥੇ ਰਾਜ ਚੰਦਰ ਉਰਫ ਬੰਬੇ ਬਾਬੂ ਆਪਣੀ ਪਤਨੀ ਦੇ ਨਾਲ, ਆਪਣੀ ਭਤੀਜੀ ਅਤੇ ਦੋ ਭੈਣਾਂ ਦੇ ਨਾਲ ਇੱਕੋ ਘਰ ਦੇ ਵਿੱਚ ਮੌਜੂਦ ਸੀ, ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ, ਬੰਬੇ ਬਾਬੂ ਗੋਲੀਆਂ ਚਲਾ ਦਿੰਦਾ ਹੈ। ਗੋਲੀਆਂ ਚਲਾਉਣ ਤੋਂ ਬਾਅਦ ਭੈਣਾਂ ਅਤੇ ਭਤੀਜੀ ਜ਼ਖਮੀ ਹੋ ਜਾਂਦੀਆਂ ਨੇ, ਰੌਲਾ ਪੈਂਦਾ ਹੈ, ਪੁਲਿਸ ਆਉਂਦੀ ਹੈ ਅਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਪਣੀਆਂ ਦੋ ਭੈਣਾਂ ਅਤੇ ਭਤੀਜੀ ਤੇ ਗੋਲੀਆਂ ਚਲਾ ਕੇ ਸ਼ਖਸ ਕਮਰੇ ਦੇ ਅੰਦਰ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ, ਨਾਲ ਹੀ ਆਪਣੀ ਪਤਨੀ ਨੂੰ ਵੀ ਕਮਰੇ ਅੰਦਰ ਬੰਦ ਕਰ ਲੈਂਦਾ ਹੈ ਆਪਣੇ ਨਾਲ ਹੀ, ਤਾਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸ਼ੋਰ ਪੈ ਜਾਂਦਾ ਹੈ। ਦਰਅਸਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਦੇ ਕਿਨੌਰ ਇਲਾਕੇ ਦੀਆਂ। ਕਿਨੌਰ ਪਿੰਡ ਦੇ ਵਿੱਚ ਕਿੰਨੇ ਚਿਰ ਬਾਅਦ ਐਸੀ ਕੋਈ ਖਬਰ ਸਾਹਮਣੇ ਆਈ ਹੈ ਕਿ ਹਿਮਾਚਲ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਨੇ, ਕਿਸੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ, ਉਹ ਵੀ ਆਪਣੇ ਰਿਸ਼ਤੇਦਾਰਾਂ ਦੇ ਉੱਤੇ, ਯਾਨੀ ਕਿ ਆਪਣੀਆਂ ਸਕੀਆਂ ਭੈਣਾਂ ਅਤੇ ਭਤੀਜੀ ਉੱਤੇ ਇਸ ਸ਼ਖਸ ਨੇ, ਜੋ ਤਸਵੀਰਾਂ ਦੇ ਵਿੱਚ ਦਿਖ ਰਿਹਾ ਹੈ ਤੁਹਾਨੂੰ, ਇਸ ਨੇ ਗੋਲੀਆਂ ਚਲਾਈਆਂ ਨੇ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਅਤੇ ਉਹਨਾਂ ਦੋ ਭੈਣਾਂ ਦੀ ਜਿਹੜੀ ਮਾਂ ਸੀ ਅਤੇ ਰਿਸ਼ਤੇਦਾਰ ਸੀ, ਉਹ ਰੋ ਰੋ ਕੇ ਦੇਖੋ ਕਿਵੇਂ ਪੁਲਿਸ ਦੇ ਕੋਲੋਂ ਇਨਸਾਫ ਮੰਗ ਰਹੇ ਨੇ। ਹਾਲਾਂਕਿ ਪੁਲਿਸ ਕਾਫੀ ਦੇਰ ਬਾਅਦ ਆ ਕੇ ਦਰਵਾਜ਼ਾ ਖੁਲਵਾ ਲੈਂਦੀ ਹੈ ਅਤੇ ਇਸ ਸ਼ਖਸ ਨੂੰ ਪਤਨੀ ਸਮੇਤ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ। ਪਰ ਕਿਨੌਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਗੋਲੀਆਂ ਚੱਲੀਆਂ ਨੇ, ਤਾਂ ਦੱਸ ਦਈਏ ਕਿ ਬੰਬੇ ਬਾਬੂ ਇਸ ਸ਼ਖਸ ਦਾ ਨਾਮ ਦੱਸਿਆ ਜਾ ਰਿਹਾ, ਜਿਸਨੇ ਆਪਣੀਆਂ ਦੋ ਭੈਣਾਂ ਅਤੇ ਭਤੀਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਕਿਨੌਰ ਦਾ ਪੂਰਬਨੀ ਪਿੰਡ ਜਿੱਥੇ ਰਾਜ ਚੰਦਰ ਉਰਫ ਬੰਬੇ ਬਾਬੂ ਆਪਣੀ ਪਤਨੀ ਦੇ ਨਾਲ, ਆਪਣੀ ਭਤੀਜੀ ਅਤੇ ਦੋ ਭੈਣਾਂ ਦੇ ਨਾਲ ਇੱਕੋ ਘਰ ਦੇ ਵਿੱਚ ਮੌਜੂਦ ਸੀ, ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ, ਬੰਬੇ ਬਾਬੂ ਗੋਲੀਆਂ ਚਲਾ ਦਿੰਦਾ ਹੈ। ਗੋਲੀਆਂ ਚਲਾਉਣ ਤੋਂ ਬਾਅਦ ਭੈਣਾਂ ਅਤੇ ਭਤੀਜੀ ਜ਼ਖਮੀ ਹੋ ਜਾਂਦੀਆਂ ਨੇ, ਰੌਲਾ ਪੈਂਦਾ ਹੈ, ਪੁਲਿਸ ਆਉਂਦੀ ਹੈ ਅਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।